ਹਾਂਜੀ ਕਿਸਾਨ ਦੋਸਤੋ ਸਤਿ ਸ੍ਰੀ ਅਕਾਲ ਅੱਜ ਆਪਾਂ ਵੀਡੀਓ ਆਪਣੀ ਜਿਹੜੀ ਪਹਿਲਾਂ ਅਪਲੋਡ ਹੋ ਚੁੱਕੀ ਆ ਸ਼ਾਮ ਨੂੰ ਤੇ ਕੁਝ ਮੰਡੀਆਂ ਦੇ ਰੇਟ ਰਹਿ ਗਏ ਸੀ ਜਿਹੜੇ ਸੰਗਰੂਰ ਤੇ ਮਰੇਲਕੋਟਲਾ ਮੰਡੀ ਤੇ ਉਹ ਮੰਡੀਆਂ ਦੇ ਰੇਟ ਦੀ ਅਪਡੇਟ ਆਪਣੇ ਕੋਲ ਲੇਟ ਆਈ ਆ ਤੇ ਉਹ ਡੇਟ ਅਪਡੇਟ ਆਪਾਂ ਤੁਹਾਨੂੰ ਹੁਣ ਦੇ ਰਹੇ ਆ ਤੇ ਜਿਹੜਾ ਮਰੇਲਕੋਟਲਾ ਦੀ ਮੰਡੀ ਜਿਹੜਾ 1509 ਜਿਹੜਾ ਝੋਨਾ ਵਿਖਿਆ ਬੋਲੀ ਤੇ ਤਾਂ 2900 ਰੁਪਏ ਜਿਹੜਾ ਟੋਪ ਦਾ ਰੇਟ ਲੱਗਿਆ 2600 ਤੋਂ ਲੈ ਕੇ ਯਾਨੀ ਕਿ 2900 ਤੱਕ ਜਿਹੜਾ 2900 ਦਾ ਰੇਟ ਟਾਪ ਦਾ ਰੇਟ ਲੱਗਿਆ ਤੇ ਸੰਗਰੂਰ ਮੰਡੀ ਦੀ ਗੱਲ ਕਰੀਏ ਤਾਂ 1509 ਲੱਗਿਆ ਜੀ 2600 ਤੋਂ ਲੈ ਕੇ 2925 ਰੁਪਏ ਤੇ ਉੱਥੇ ਹੀ 1847 ਦਾ ਜਿਹੜਾ ਰੇਟ ਲੱਗਿਆ 2600 ਤੋਂ ਲੈ ਕੇ 2770 ਰੁਪਏ ਤੱਕ ਸੰਗਰੂਰ ਮੰਡੀ ਦੇ ਵਿੱਚ ਨਰਮੇ ਦਾ ਜਿਹੜਾ ਰੇਟ ਰਿਹਾ ਉਹ 7150 ਰੁਪਏ ਰਿਹਾ ਸੋ ਕਿਸਾਨ ਵੀਰੋ ਇਹ ਰੇਟਾਂ ਦੀ ਜਿਹੜੀ ਅਪਡੇਟ ਲੇਟ ਪਹੁੰਚੀ ਆਪਣੇ ਕੋਲੇ ਤਾਂ ਕਰਕੇ ਆਪਾਂ ਥੋੜਾ ਲੇਟ ਹੋ ਗਏ ਮੰਡੀਆਂ 'ਚ ਤੇ ਜੇ ਜਾਣਕਾਰੀ ਵਧੀਆ ਲੱਗੀ ਤਾਂ ਵੀਡੀਓ ਨੂੰ ਲਾਇਕ ਤੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਵੀਂ ਕੱਲ ਨੂੰ ਨਵੀਂ ਅਪਡੇਟ ਨਾਲ ਮਿਲਦੇ ਆਂ ਧੰਨਵਾਦ